ਮੈਂ ਤਾਂ ਐਜ਼ ਅ ਡਾਇਰੈਕਟਰ ਹਰ ਜਾਨਰ ਦੀ ਫਿਲਮਾਂ ਕੀਤੀਆਂ ਹੋਈਆਂ ਨੇ ਬਾਲੀਵੁੱਡ ਵਿੱਚ, ਬਟ ਜਿਸ ਤਰ੍ਹਾਂ ਮੇਰੀ ਸੈਕਿੰਡ ਪੰਜਾਬੀ ਫਿਲਮ ਹੈ ਅਤੇ ਮੈਨੂੰ ਲੱਗਿਆ ਕਿ ਇੱਕ ਲਵ ਸਟੋਰੀ ਹੈ ਅਤੇ ਇਹਨੂੰ ਮਿਊਜ਼ੀਕਲ ਫੀਲ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਗੁਰਮੀਤ ਸਿੰਘ ਜੀ ਜਿਹੜੇ ਹੈਗੇ ਆਪਣੇ ਮਿਊਜ਼ਿਕ ਡਾਇਰੈਕਟਰ, ਉਹਨਾਂ ਨਾਲ ਬਹਿ ਕੇ ਅਸੀਂ ਮਤਲਬ ਪੂਰੀ ਟੀਮ ਨੇ ਵਰਕਆਊਟ ਕਰਕੇ ਕੁਛ ਇੱਦਾਂ ਦੇ ਗਾਣੇ ਬਣਾਏ ਨੇ ਜਿਹੜੇ ਪਬਲਿਕ ਨੂੰ ਪਸੰਦ ਆ ਰਹੇ ਨੇ। ਕਿਰਨ ਨੇ ਬਹੁਤ ਮਿਹਨਤ ਕੀਤੀ ਹੈ, ਸਟੋਰੀ ਮੇਰੇ ਕੋਲ ਕਿਰਨ ਜੀ ਲੈ ਕੇ ਆਏ ਸੀਗੇ ਅਤੇ ਕਹਿ ਲਓ ਕਿ ਅਸੀਂ ਸਾਰੇ ਮਿਲ ਕੇ ਕ੍ਰੀਏਟ ਕੀਤੀ ਇਹ ਚੀਜ਼। ਮਜਨੂੰ ਚਾਹੀਦਾ ਸੀ ਨਾ, ਮਜਨੂੰ ਚਾਹੀਦਾ ਸੀ ਇੰਟੈਂਸ ਹਾਰਡਕੋਰ, ਯੂ نو ਪਿੰਡੂ, ਯੂ نو ਜੱਟ ਟਾਈਪਸ, ਥੋੜਾ ਜਿਹਾ ਮੈਨਲੀ ਤੁਸੀਂ ਕਹਿ ਲਓ, ਫਿੱਟ ਹੈ ਨਾ, ਐਂਡ ਸਿੱਧਾ ਸਾਦਾ ਬੰਦਾ। ਫਿਰ ਅਸੀਂ ਪ੍ਰੀਤ ਬਾਈ ਨੂੰ ਬੁਲਾਇਆ, ਉਹਨਾਂ ਨਾਲ ਗੱਲ ਕੀਤੀ, ਸਾਰੀ ਚੀਜ਼ਾਂ ਹੋਈਆਂ, ਉਹਨਾਂ ਨੂੰ ਕਹਾਣੀ ਸੁਣਾਈ, ਫਿਰ ਜਾ ਕਰਕੇ ਪ੍ਰੀਤ ਬਾਈ ਕਾਸਟ ਹੋਇਆ। ਅਸੀਂ ਰਹਿੰਦੇ ਬੰਬੇ ਹਾਂ, ਲੇਕਿਨ ਜਿਸ ਤਰ੍ਹਾਂ ਦੀਆਂ ਮੈਂ ਫਿਲਮਾਂ ਕਰਦਾ ਅਤੇ ਮੇਰੇ ਮੋਸਟਲੀ ਸ਼ੂਟਸ ਜਿਹੜੇ ਨੇ ਉਹ ਨੌਰਥ ਵਿੱਚ ਹੀ ਆਉਂਦੇ ਨੇ ਅਤੇ ਮੈਨੂੰ ਮਤਲਬ ਮੇਰੇ ਲਈ ਤਾਂ ਹਰ ਲੋਕੇਸ਼ਨ ਮੈਨੂੰ ਐਕਸਪਲੋਰ ਕਰਨਾ ਪਸੰਦ ਹੀ ਆਉਂਦਾ ਹੈ। ਬਾਕੀ ਪੰਜਾਬ ਜਾਣ ਕਰਕੇ ਬਹੁਤ ਅੱਛਾ ਲੱਗਿਆ, ਬਿਕੋਜ਼ ਦੈਟ ਕਲਚਰ, ਉਹ ਕਲਚਰ ਜਿਹੜਾ ਨਾ, ਉਹ ਗਰਾਊਂਡ ਲੈਵਲ ਦਾ ਕਲਚਰ ਐਂਡ ਸਪੈਸ਼ਲੀ ਦਾ ਫੂਡ ਇਨ ਮੁੰਬਈ। ਅਸੀਂ ਪੰਜਾਬੀ ਹਾਂ ਬੇਸਿਕਲੀ ਮੈਂ, ਅਤੇ ਬੰਬੇ ਸਾਨੂੰ ਉਹ ਸਾਰੀ ਚੀਜ਼ਾਂ ਅਸੀਂ ਮਿਸ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਪਲੱਸ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਆਕਾਂਕਸ਼ਾ ਸੋਢੀ ਅਤੇ ਅੱਜ ਸਾਡੇ ਸਾਰੇ ਇਸਲਾਮਿਕ ਭਾਈਚਾਰੇ ਦੇ ਲੋਕਾਂ ਨੂੰ ਰਮਾਦਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਉਹਨਾਂ ਨੂੰ ਈਦ ਆਉਣ ਵਾਲੀ ਹੈ ਅਤੇ ਉਹਨਾਂ ਨੂੰ ਇਸ ਪਵਿੱਤਰ ਮਹੀਨੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਅਤੇ ਅੱਜ ਗੱਲਬਾਤ ਕਰਾਂਗੇ ਜੀ, ਮਜਨੂੰ ਫਿਲਮ ਜਿਹੜੀ ਹੈ ਰਿਲੀਜ਼ ਹੋਣ ਜਾ ਰਹੀ ਹੈ, ਟ੍ਰੇਲਰ ਅੱਜ ਯੂਟਿਊਬ ਉੱਤੇ ਰਿਲੀਜ਼ ਹੋ ਗਿਆ, ਜਿਨ੍ਹਾਂ ਨੇ ਹਜੇ ਤੱਕ ਨਹੀਂ ਦੇਖਿਆ ਜਾ ਕੇ ਦੇਖੋ, ਬੜਾ ਹੀ ਪਿਆਰਾ ਜਿਹਾ ਟ੍ਰੇਲਰ ਹੈ। ਬਹੁਤ ਇੱਕ ਲੰਬੇ ਸਮੇਂ ਬਾਅਦ ਮੈਨੂੰ ਲੱਗਦਾ ਹੈ ਕਿ ਇਹੋ ਜਿਹੀ ਕੋਈ ਕਹਾਣੀ ਹੈ ਜਿਹਦੇ ਵਿੱਚ ਲਵ ਸਟੋਰੀ ਇੱਕ ਟ੍ਰਾਇੰਗਲ ਦੇ ਰੂਪ 'ਚ ਹੈ। ਤੁਸੀਂ ਮਜਨੂੰ ਦੇ ਨਾਲ ਲੈਲਾ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਏਗਾ, ਲੇਕਿਨ ਜਦੋਂ ਮਜਨੂੰ ਦੇ ਨਾਲ ਲੈਲਾ ਦੇ ਨਾਲ ਨਾਲ ਹੀਰ ਵੀ ਆ ਜਾਏ, ਫਿਰ ਕੀ ਪੁਆੜੇ ਪੈਣਗੇ, ਉਸੇ ਦੀ ਮੈਨੂੰ ਲੱਗਦਾ ਕਹਾਣੀ ਹੋਣ ਜਾ ਰਹੀ ਹੈ ਮਜਨੂੰ। ਸੋ ਗੱਲ ਕਰਾਂਗੇ ਜੀ ਡਾਇਰੈਕਟਰ ਸਾਹਿਬ ਨਾਲ, ਸੁਜ਼ਾਦ ਇਕਬਾਲ ਖਾਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਹੈ? ਬਹੁਤ ਬੜੀਆ, ਇੱਕਦਮ ਫਸਟ ਕਲਾਸ। ਪਹਿਲਾਂ ਤਾਂ ਤੁਹਾਨੂੰ ਰਮਾਦਾਨ ਅਤੇ ਜਿਹੜਾ ਪਵਿੱਤਰ ਮਹੀਨਾ ਸ਼ੁਰੂ ਹੋਇਆ ਇਹਦੀਆਂ ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਸ਼ੁਕਰੀਆ। ਸੋ ਮਜਨੂੰ, ਇਟਸ ਅ ਲਵ ਸਟੋਰੀ ਰਾਈਟ? ਟ੍ਰੇਲਰ ਦੇਖ ਕੇ ਸਾਨੂੰ ਲੱਗ ਰਿਹਾ ਕਿ ਮਜਨੂੰ ਦੇ ਨਾਲ ਲੈਲਾ ਤਾਂ ਹੈ ਹੀ ਹੈ, ਹੀਰ ਵੀ ਆ ਗਈ ਹੈ। ਸੋ ਇਹ ਜਿਹੜਾ ਹੀਰ ਦੇ, ਹੁਣ ਹੀਰ ਅਤੇ ਲੈਲਾ, ਮਜਨੂੰ ਲੈਲਾ ਤਾਂ ਇਕੱਠੇ ਹੈ ਹੀ ਹੈ, ਲੇਕਿਨ ਹੁਣ ਫਿਲਮ ਦੇ ਵਿੱਚ ਇਹ ਵਾਲਾ ਮਜਨੂੰ ਕਿਹਨੂੰ ਚੂਜ਼ ਕਰਦਾ, ਹੀਰ ਨੂੰ ਕਿ ਲੈਲਾ ਨੂੰ, ਇਸੇ ਦੀ ਕਹਾਣੀ ਹੋਣ ਵਾਲੀ? ਜੀ, ਜਿੱਦਾਂ ਇਸ ਫਿਲਮ ਦੀ ਟੈਗ ਲਾਈਨ ਹੈਗੀ ਹੈ ਕਿ ਕਿਸਦਾ ਹੋਵੇਗਾ ਮਜਨੂੰ, ਸੋ ਬੇਸਿਕਲੀ ਉਹ ਤਾਂ ਸਾਰਾ ਤੁਸੀਂ ਵੇਖ ਸਕਦੇ ਹੋ 22 ਮਾਰਚ ਨੂੰ ਥੀਏਟਰਾਂ ਵਿੱਚ ਕਿ ਕਿਸਦਾ ਹੋਏਗਾ ਮਜਨੂੰ। ਬਾਕੀ ਇੱਕ ਟ੍ਰਾਇੰਗਲ ਲਵ ਸਟੋਰੀ ਹੈ, ਇੱਕ ਮਿਊਜ਼ੀਕਲ ਫਿਲਮ ਹੈ ਜਿਹਦੇ ਵਿੱਚ ਇੱਕ ਡਿਫਰੈਂਟ ਕਹਾਣੀ ਹੈ, ਅਤੇ ਬਾਕੀ ਕਹਾਂ ਕਿ ਇੱਕ ਮਿਊਜ਼ੀਕਲ ਫਿਲਮ ਦੇ ਨਾਲ ਨਾਲ ਥੋੜ੍ਹਾ ਬਹੁਤ ਐਕਸ਼ਨ ਹੈ, ਥੋੜ੍ਹੀ ਬਹੁਤ ਕਾਮੇਡੀ ਹੈ, ਇੱਕ ਪਰਿਵਾਰਿਕ ਫਿਲਮ ਹੈ ਜੇ ਹੈ ਤਾਂ ਲਵ ਸਟੋਰੀ, ਬਟ ਮੈਨੂੰ ਲੱਗਦਾ ਕਿ ਸਾਰੇ ਤੁਸੀਂ ਪਰਿਵਾਰ ਨਾਲ ਜਾ ਕੇ ਵੇਖ ਸਕਦੇ ਹੋ, ਤੁਸੀਂ ਐਂਟਰਟੇਨ ਹੋਵੋਗੇ, ਨਾਲ ਇੱਕ ਡਿਫਰੈਂਟ ਕਹਾਣੀ ਲੈ ਕੇ ਆ ਰਹੇ ਹਾਂ। ਤੁਸੀਂ ਜਿਵੇਂ ਜਦੋਂ ਮੈਂ ਟ੍ਰੇਲਰ ਦੇਖ ਰਹੀ ਸੀ ਅੱਜ, ਅਤੇ ਮੈਨੂੰ ਸ਼ਾਇਦ ਇੰਨਾ ਅੰਦਾਜ਼ਾ ਨਹੀਂ ਸੀ, ਮੈਨੂੰ ਸਮਝ ਨਹੀਂ ਆਇਆ, ਆਈ ਵਾਜ਼ ਰੀਅਲੀ ਇੰਜੋਇੰਗ ਇਟਸ ਮਿਊਜ਼ਿਕ, ਐਂਡ ਆਈ ਵਾਜ਼ ਲਾਈਕ, ਅੱਛਾ ਮਿਊਜ਼ਿਕ, ਮਿਊਜ਼ਿਕ 'ਤੇ ਕਾਫੀ ਜ਼ਿਆਦਾ ਕੰਮ ਕੀਤਾ ਗਿਆ। ਸੋ ਹੁਣ ਤੁਸੀਂ ਦੱਸਿਆ, ਸੋ ਮਿਊਜ਼ੀਕਲ ਲਵ ਸਟੋਰੀ ਹੈ, ਮਿਊਜ਼ੀਕਲ ਫਿਲਮ ਹੈ, ਸੋ ਮਿਊਜ਼ੀਕਲ ਫਿਲਮ ਤੁਸੀਂ, ਤੁਹਾਨੂੰ ਖੁਦ ਬਣਾਉਣ ਦਾ ਸ਼ੌਂਕ ਸੀਗਾ ਕਿ ਇਹ ਸਟੋਰੀ ਦੀ ਡਿਮਾਂਡ ਸੀ ਕਿ ਨਹੀਂ ਇਸ ਨੂੰ ਜ਼ਿਆਦਾ ਮਿਊਜ਼ੀਕਲ ਐਂਗਲ ਰੱਖਦੇ ਹਾਂ? ਬੇਸਿਕਲੀ ਮੈਂ ਤਾਂ ਐਜ਼ ਅ ਡਾਇਰੈਕਟਰ ਹਰ ਜਾਨਰ ਦੀ ਫਿਲਮਾਂ ਕੀਤੀਆਂ ਹੋਈਆਂ ਨੇ ਬਾਲੀਵੁੱਡ ਵਿੱਚ, ਬਟ ਜਿਸ ਤਰ੍ਹਾਂ ਮੇਰੀ ਸੈਕਿੰਡ ਪੰਜਾਬੀ ਫਿਲਮ ਹੈ ਅਤੇ ਮੈਨੂੰ ਲੱਗਿਆ ਕਿ ਇੱਕ ਲਵ ਸਟੋਰੀ ਹੈ ਅਤੇ ਇਹਨੂੰ ਮਿਊਜ਼ੀਕਲ ਫੀਲ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਗੁਰਮੀਤ ਸਿੰਘ ਜੀ ਜਿਹੜੇ ਹੈਗੇ ਆਪਣੇ ਮਿਊਜ਼ਿਕ ਡਾਇਰੈਕਟਰ, ਉਹਨਾਂ ਨਾਲ ਬਹਿ ਕੇ ਅਸੀਂ ਮਤਲਬ ਪੂਰੀ ਟੀਮ ਨੇ ਵਰਕਆਊਟ ਕਰਕੇ ਕੁਛ ਇੱਦਾਂ ਦੇ ਗਾਣੇ ਬਣਾਏ ਨੇ ਜਿਹੜੇ ਪਬਲਿਕ ਨੂੰ ਪਸੰਦ ਆ ਰਹੇ ਨੇ। ਇਹਦੇ ਰਾਈਟਰ ਨੇ ਸਭਾ ਵਰਮਾ,
ਤੇ ਕਿਰਨ ਜੀ ਜਿਹੜੇ ਨੇ ਉਹਨਾਂ ਨੇ ਇਹ ਪ੍ਰੋਜੈਕਟ ਜਿਹੜਾ ਕ੍ਰੀਏਟ ਕੀਤਾ ਹੈ। ਯਾ ਸੋ ਸਾਡੇ ਸ਼ਾਲੀਮਾਰ ਪ੍ਰੋਡਕਸ਼ਨ ਲਿਮਿਟਿਡ ਹੈ, ਉਹ ਸੀਈਓ ਨੇ ਉਸ ਕੰਪਨੀ ਦੇ, ਤੇ ਨਾਲ ਹੀ ਨਾਲ ਉਹਨਾਂ ਨੇ ਇਹਦੇ 'ਚ ਲੀਡ ਐਜ਼ ਐਨ ਐਕਟਰਸ ਕੀਤਾ ਹੋਇਆ ਕੰਮ। ਤੇ ਇਹ ਸਾਡੀ ਸ਼ਾਲੀਮਾਰ ਪ੍ਰੋਡਕਸ਼ਨ ਹਾਊਸ 'ਚ ਅਸੀਂ ਸਾਰੇ ਕੰਬਾਈਨਲੀ, ਸਭਾ ਵਰਮਾ, ਮੈਂ, ਕਿਰਨ ਜੀ ਅਤੇ ਨਾਲ ਸਾਡੇ ਜਿਹੜੇ ਫਾਊਂਡਰ ਨੇ ਕੰਪਨੀ ਦੇ, ਤਿਲਕ ਕੋਠਾਰੀ ਸਰ, ਅਸੀਂ ਸਾਰੇ ਇੱਕ ਟੀਮ ਹਾਂ ਅਤੇ ਅਸੀਂ ਮਿਲ ਕਰਕੇ ਇਸ ਫਿਲਮ ਨੂੰ ਬਣਾਇਆ ਹੈ ਬੇਸਿਕਲੀ। ਸੇ ਬਿਕੋਜ਼ ਕਿਰਨ ਨੇ ਬਹੁਤ ਮਿਹਨਤ ਕੀਤੀ ਹੈ, ਸਟੋਰੀ ਮੇਰੇ ਕੋਲ ਕਿਰਨ ਜੀ ਲੈ ਕੇ ਆਏ ਸੀਗੇ, ਅਤੇ ਕਹਿ ਲਓ ਕਿ ਅਸੀਂ ਸਾਰੇ ਮਿਲ ਕੇ ਕ੍ਰੀਏਟ ਕੀਤੀ ਇਹ ਚੀਜ਼। ਸੋ ਤੁਹਾਡੀ ਜਿਵੇਂ ਤੁਸੀਂ ਕਿਹਾ ਕਿ ਇੱਕ ਟੀਮ ਦੀ ਫਿਲਮ ਹੈ, ਸੋ ਪ੍ਰੀਤ ਭੱਟ ਨੂੰ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਆਲਰੇਡੀ ਬੜਾ ਪਿਆਰ ਮਿਲਦਾ, ਉਹ ਕੁਛ ਵੀ ਅਗਰ ਉਹ ਆਪਣੀ ਸਨੈਪਚੈਟ 'ਤੇ ਵੀ ਕੋਈ ਸਟੋਰੀ ਪਾ ਦੇਣ ਜਾਂ ਕਿਸੇ ਸੋਸ਼ਲ ਮੀਡੀਆ 'ਤੇ ਵੀ ਕੋਈ ਸਟੋਰੀ ਪਾ ਦੇਣ ਤਾਂ ਉਹ ਲੋਕ ਦੇਖਦੇ ਨੇ, ਇੰਜੋਏ ਕਰਦੇ ਨੇ। ਸੋ ਪ੍ਰੀਤ ਭੱਟ ਹੀ ਫਸਟ ਚੋਇਸ ਸੀਗੀ ਜਾਂ ਇਹ ਸਾਰੀ ਟੀਮ ਨੇ ਬਾਅਦ 'ਚ ਮਿਲ ਕੇ ਡਿਸਾਈਡ ਕੀਤਾ ਕਿ ਨਹੀਂ ਪ੍ਰੀਤ ਭੱਟ ਨੂੰ ਹੀ ਲੈਣਾ, ਜਾਂ ਉਹ ਵੀ ਤੁਹਾਡੇ ਸਰਕਲ 'ਚੋਂ ਸੀਗੇ, ਦੈਨ ਯੂ ਡਿਸਾਈਡਿਡ ਕਿ ਨਹੀਂ ਇਹ ਆਪਣਾ ਜਿਹੜਾ ਮੁੰਡਾ, ਆਪਣਾ ਦੋਸਤ ਹੈ, ਇਹ ਬਹੁਤ ਚੰਗਾ ਐਕਟਰ ਹੈ, ਇਹਨੂੰ ਮੌਕਾ ਦਿੰਦੇ। ਸੋ ਪ੍ਰੀਤ ਭੱਟ ਦੀ ਸਿਲੈਕਸ਼ਨ ਕਿੱਦਾਂ ਹੋਈ? ਸੀ ਬੇਸਿਕਲੀ ਪ੍ਰੀਤ ਭੱਟ ਜੀ, ਉਸ ਟਾਈਮ ਨਾ ਉਹਨਾਂ ਦੀ ਫਿਲਮ ਆਈ ਸੀ ਇੱਕ ਕੰਡੇ ਕਰਕੇ, ਅਤੇ ਉਹਦਾ ਟ੍ਰੇਲਰ ਮੈਂ ਵੇਖਿਆ ਸੀ। ਮੈਨੂੰ ਕਿਰਨ ਨੇ ਕਿਹਾ ਕਿ ਤੁਸੀਂ ਨਾ ਇਹ ਟ੍ਰੇਲਰ ਵੇਖੋ, ਅਤੇ ਜਿੱਦਾਂ ਨੂੰ ਸਾਨੂੰ ਮਜਨੂੰ ਚਾਹੀਦਾ ਸੀ ਨਾ, ਮਜਨੂੰ ਚਾਹੀਦਾ ਸੀ ਇੰਟੈਂਸ, ਹਾਰਡ ਕੋਰ, ਯੂ ਨੋ, ਪੇਂਡੂ, ਯੂ ਨੋ, ਜੱਟ ਟਾਈਪਸ, ਥੋੜ੍ਹਾ ਜਿਹਾ ਮੈਨਲੀ ਤੁਸੀਂ ਕਹਿ ਲਓ, ਫਿੱਟ, ਹੈ ਨਾ, ਐਂਡ ਸਿੱਧਾ ਸਾਦਾ ਬੰਦਾ, ਅਤੇ ਗੁੱਡ ਲੁਕਿੰਗ ਅਤੇ ਸਿੱਧਾ ਸਾਦਾ ਬੰਦਾ, ਇੱਕ ਡਿਫਰੈਂਟ ਮਿਕਸਚਰ ਹੈ। ਅਤੇ ਦਿਮਾਗ 'ਚ ਬਹੁਤ ਸਾਰੇ ਐਕਟਰ ਸੀਗੇ, ਲੇਕਿਨ ਜਦੋਂ ਅਸੀਂ ਪ੍ਰੀਤ ਬਾਈ ਦਾ, ਮੈਂ ਉਹ ਟ੍ਰੇਲਰ ਵੇਖਿਆ, ਉਹਦੇ ਬਾਅਦ ਮੈਂ ਫਿਲਮ ਵੀ ਵੇਖੀ, ਫਿਰ ਮੈਨੂੰ ਲੱਗਿਆ ਨਹੀਂ ਯਾਰ। ਫਿਰ ਅਸੀਂ ਪ੍ਰੀਤ ਬਾਈ ਨੂੰ ਬੁਲਾਇਆ, ਉਹਨਾਂ ਨਾਲ ਗੱਲ ਕੀਤੀ, ਸਾਰੀ ਚੀਜ਼ਾਂ ਹੋਈਆਂ, ਉਹਨਾਂ ਨੂੰ ਕਹਾਣੀ ਸੁਣਾਈ, ਫਿਰ ਜਾ ਕਰਕੇ ਪ੍ਰੀਤ ਬਾਈ ਕਾਸਟ ਹੋਏ ਨੇ। ਸੋ ਇਹ ਫਿਲਮ ਜਿਹੜੀ ਹੈ, ਕਾਸਟਿੰਗ ਹੋ ਗਿਆ, ਸਟੋਰੀ ਹੋ ਗਈ, ਸੋ ਹੁਣ ਆ ਜਾਂਦੇ ਆਪਾਂ ਜਦੋਂ ਫਿਲਮ ਦਾ ਸ਼ੂਟ ਸਟਾਰਟ ਹੋ ਗਿਆ ਹੋਏਗਾ। ਸੋ ਫਿਲਮ ਸ਼ੂਟ ਕਿੱਥੇ ਕੀਤੀ ਗਈ ਹੈ ਬੇਸਿਕਲੀ, ਕਿਉਂਕਿ ਮੈਂ ਦੇਖਿਆ ਸੀਗਾ ਟ੍ਰੇਲਰ ਦੇ ਵਿੱਚ ਲੋਕੇਸ਼ਨਸ ਕਾਫੀ ਠੇਠ ਪੰਜਾਬੀ ਟੱਚ ਦੇ ਰਹੀਆਂ ਨੇ, ਪਿੰਡਾਂ ਦੀ ਗਲੀਆਂ ਦਾ ਕਾਫੀ ਜ਼ਿਆਦਾ ਸੀਨ ਹੈ। ਸੋ ਕਿਹੜੀ ਜਗ੍ਹਾ 'ਤੇ ਫਿਲਮ ਜਿਹੜੀ ਸ਼ੂਟ ਕੀਤੀ ਗਈ ਹੈ? ਮੈਨੂੰ ਤਾਂ ਜ਼ਿਆਦਾ ਲੋਕੇਸ਼ਨਾਂ ਦਾ ਨੌਲੇਜ ਨਹੀਂ, ਬਟ ਮੈਨੂੰ ਜਿਹੜਾ ਯਾਦ ਹੈ, ਅਸੀਂ ਬਰਨਾਲਾ ਕਰਕੇ ਇੱਕ ਪਿੰਡ ਹੈ, ਆਈ ਥਿੰਕ ਇਟਸ ਇਨ ਬਠਿੰਡਾ। ਬਰਨਾਲਾ ਇੱਕ ਅਲੱਗ ਸ਼ਹਿਰ, ਮਤਲਬ ਬਠਿੰਡਾ ਦੇ ਨਾਲ ਲੱਗ ਜਾਂਦਾ ਉਸ ਬੈਲਟ ਦੇ ਵਿੱਚ। ਯੈਸ, ਬਰਨਾਲਾ ਕੀਤੀ ਹੈ, ਉਹਦੇ ਬਾਅਦ ਅਸੀਂ ਚੰਡੀਗੜ੍ਹ ਬਹੁਤ ਜ਼ਿਆਦਾ ਸ਼ੂਟ ਕੀਤਾ ਹੈ, ਫਿਰ ਅਸੀਂ ਨਾਭਾ ਜਾ ਕੇ ਵੀ ਸ਼ੂਟ ਕੀਤਾ ਹੈ। ਮੈਨੂੰ ਲੱਗਦਾ ਬਹੁਤ ਸਾਰੀਆਂ ਲੋਕੇਸ਼ਨਾਂ ਨੇ ਨੀਅਰ ਬਾਈ, ਪਟਿਆਲਾ, ਦੈਨ ਊਨਾ, ਇਹਦੇ ਗਾਣੇ ਕੁਛ ਊਨਾ ਸ਼ੂਟ ਹੋਏ ਨੇ, ਅਤੇ ਬਹੁਤ ਸਾਰੀਆਂ ਲੋਕੇਸ਼ਨਾਂ ਨੇ। ਸੋ ਬੀਂਗ ਅ ਡਾਇਰੈਕਟਰ, ਜਿਵੇਂ ਤੁਸੀਂ ਬੰਬੇ ਦੇ ਵਿੱਚ ਵੀ ਕੰਮ ਕੀਤਾ, ਪੰਜਾਬ ਦੇ ਵਿੱਚ ਵੀ ਤੁਸੀਂ ਦੋ ਫਿਲਮਸ ਕਰ ਰਹੇ ਹੋ, ਕਰ ਚੁੱਕੇ ਹੋ, ਦੂਸਰੀ ਫਿਲਮ ਲੈ ਕੇ ਆ ਰਹੇ ਹੋ, ਸੋ ਬੀਂਗ ਅ ਡਾਇਰੈਕਟਰ, ਤੁਹਾਨੂੰ ਪੰਜਾਬ ਵਿੱਚ ਕੰਮ ਕਰਨਾ ਜ਼ਿਆਦਾ ਪਸੰਦ ਹੈ ਜਾਂ ਬੰਬੇ ਦੇ ਵਿੱਚ, ਜਾਂ ਪਰਸਨਲੀ ਕਿਸ ਤਰ੍ਹਾਂ ਦਾ ਕੰਮ ਕਰਨਾ ਤੁਹਾਨੂੰ ਪਸੰਦ ਹੈ ਔਰ ਕਿੱਥੇ ਪਸੰਦ ਹੈ? ਸੀ, ਅਸੀਂ ਰਹਿੰਦੇ ਬੰਬੇ ਹਾਂ, ਲੇਕਿਨ ਜਿਸ ਤਰ੍ਹਾਂ ਦੀਆਂ ਮੈਂ ਫਿਲਮਾਂ ਕਰਦਾ, ਅਤੇ ਮੇਰੇ ਮੋਸਟਲੀ ਸ਼ੂਟਸ ਜਿਹੜੇ ਨੇ ਉਹ ਨੌਰਥ ਵਿੱਚ ਹੀ ਆਉਂਦੇ ਨੇ, ਅਤੇ ਮੈਨੂੰ ਮਤਲਬ ਮੇਰੇ ਲਈ ਤਾਂ ਹਰ ਲੋਕੇਸ਼ਨ ਮੈਨੂੰ ਐਕਸਪਲੋਰ ਕਰਨਾ ਪਸੰਦ ਹੀ ਆਉਂਦਾ ਹੈ। ਬਾਕੀ ਪੰਜਾਬ ਕੰਮ ਕਰਕੇ ਬਹੁਤ ਅੱਛਾ ਲੱਗਿਆ, ਬਿਕੋਜ਼ ਦੈਟ ਕਲਚਰ, ਉਹ ਕਲਚਰ ਜਿਹੜਾ ਨਾ, ਉਹ ਗਰਾਊਂਡ ਲੈਵਲ ਦਾ ਕਲਚਰ, ਐਂਡ ਸਪੈਸ਼ਲੀ ਦਾ ਫੂਡ ਇਨ ਮੁੰਬਈ, ਅਸੀਂ ਪੰਜਾਬੀ ਹਾਂ ਬੇਸਿਕਲੀ ਮੈਂ, ਅਤੇ ਬੰਬੇ ਸਾਨੂੰ ਉਹ ਸਾਰੀ ਚੀਜ਼ਾਂ ਅਸੀਂ ਮਿਸ ਕਰਦੇ ਹਾਂ, ਅਤੇ ਇੱਥੇ ਆ ਕੇ ਥੋੜ੍ਹਾ ਜਿਹਾ ਖਾਣ ਪੀਣ ਦਾ ਮਸਲਾ ਥੋੜ੍ਹਾ ਵਧੀਆ ਹੋ ਜਾਂਦਾ ਹੈ, ਅਤੇ ਪੰਜਾਬ ਮੈਨੂੰ ਉੱਦਾਂ ਹੀ ਬਹੁਤ ਚੰਗਾ ਲੱਗਦਾ, ਨਾਲ ਇੱਧਰ ਲੋਕ ਵੀ ਬਹੁਤ ਖੂਬਸੂਰਤ ਨੇ, ਉਹ ਤਾਂ ਤੁਹਾਨੂੰ ਪਤਾ ਹੀ ਹੈ, ਪੰਜਾਬ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਰੀਜ਼ਨ ਨੇ ਬੇਸਿਕਲੀ, ਅਤੇ ਆਈ ਲਵ ਪੰਜਾਬ।
ਅੱਛਾ, ਅਸੀਂ ਪ੍ਰੀਤ ਜੀ ਦੇ ਬਹੁਤ ਗੱਲਾਂ ਕਰ ਰਹੇ ਹਾਂ, ਅਗਰ ਮੈਂ ਲੀਡ ਦੋਨੋਂ ਐਕਟ੍ਰੈਸਿਸ ਦੀ ਗੱਲ ਕਰਾਂ, ਅੱਜ ਮੈਂ ਕਹੂੰਗੀ ਸਾਡੀ ਲੈਲਾ ਅਤੇ ਹੀਰ ਦੀਆਂ, ਅੱਜ ਮਜਰੂਂ ਦੀ ਇੱਕ ਦੋਨਾਂ ਨੂੰ ਮੈਂ ਨਾਮ ਦੇ ਦਿੰਦੀ ਹਾਂ, ਲੈਲਾ ਅਤੇ ਹੀਰ। ਸੋ ਇਹ ਕਿਰਦਾਰ ਬਾਰੇ, ਇਹਨਾਂ ਦੋਨਾਂ ਦੇ ਕੈਰੈਕਟਰਸ ਬਾਰੇ, ਜਿਹੜੀਆਂ ਲੀਡ ਅਤੇ ਹੀਰੋਇਨਸ ਹੈ, ਇਹਨਾਂ ਦੇ ਕੈਰੈਕਟਰ ਕਿਸ ਤਰ੍ਹਾਂ ਦੇ ਨੇ, ਇਹਨਾਂ ਬਾਰੇ ਦੱਸੋ। ਕਿਉਂਕਿ ਦੋਨੋਂ ਹੀ ਮੇਨ ਲੀਡ ਦੇ ਨੇ, ਦੋਨੋਂ ਹੀ ਇੱਕ ਮੁੰਡੇ ਨੂੰ ਪਿਆਰ ਕਰ ਬੈਠਦੀਆਂ ਨੇ। ਬਹੁਤ ਜ਼ਿਆਦਾ ਮੈਂ ਦੇਖਿਆ ਟ੍ਰੇਲਰ ਦੇ ਵਿੱਚ, ਕਾਫੀ ਡਰਾਮਾ ਹੋਏਗਾ, ਸਸਪੈਂਸ ਹੈ ਕਿਹਨੂੰ ਮਿਲੇਗਾ। ਸੋ ਇਹ ਜਦੋਂ ਜੋ ਦੋਨੋਂ ਕੁੜੀਆਂ ਦੇ ਕਿਰਦਾਰ ਲਿਖੇ ਗਏ, ਇਹਨਾਂ ਕਿਰਦਾਰਾਂ ਬਾਰੇ ਦੱਸੋ, ਕਿਸ ਤਰ੍ਹਾਂ ਦੇ ਕਿਰਦਾਰ ਹੋਣ ਵਾਲੇ ਨੇ? ਸੀ, ਬੇਸਿਕਲੀ ਜਿਹੜੀ ਪ੍ਰੀਤ ਕਰਕੇ ਕੈਰੈਕਟਰ ਹੈ, ਜਿਹੜੀ ਕਿਰਨ ਸ਼ੇਰਗਿੱਲ ਜੀ ਨੇ ਕੀਤਾ ਹੈ, ਉਹ ਇੱਕ ਟਿਪੀਕਲ ਇੱਕ ਪਿੰਡ ਦੀ ਕੁੜੀ ਹੈ, ਹੈ ਨਾ। ਉਹਦੀ ਆਪਣੀ ਇੱਕ ਸਟੋਰੀ ਹੈ ਫਿਲਮ ਵਿੱਚ, ਅਤੇ ਜਿਹੜੀ ਦੂਜੀ ਕੈਰੈਕਟਰ ਹੈ ਉਹ ਇੱਕ NRI ਕੁੜੀ ਹੈ, ਜਿਹੜੀ ਪੰਜਾਬ ਘੁੰਮਣ ਆਈ ਹੈ। ਅਤੇ ਜਦੋਂ ਕੋਈ ਪੰਜਾਬ ਘੁੰਮਣ ਆਉਂਦਾ ਹੈ, ਤਾਂ ਯੂ ਨੋ ਅਸੀਂ ਪੰਜਾਬੀ, ਟਿਪੀਕਲ ਪਿੰਡ ਦੇ ਪੰਜਾਬੀ, ਵੀ ਆਰ ਵੈਰੀ ਯੂ ਨੋ, ਮਤਲਬ ਸਾਡੇ ਅੰਦਰ ਇੱਕ ਟੈਲੈਂਟ ਹੈ, ਬੇਸਿਕਲੀ ਕਹਿ ਸਕਦੇ ਹੋ ਕਿ ਵੀ ਆਰ ਵੈਰੀ ਇਮੋਸ਼ਨਲ ਐਂਡ ਆਰਟਿਸਟਿਕ। ਅਤੇ NRI ਲੋਕ ਉਹ ਸਾਰੇ ਬਿਜ਼ਨਸ ਟਾਈਪ ਲੋਕ ਨੇ, ਉਹਨਾਂ ਦਾ ਆਪਣੀ ਇੱਕ ਉੱਧਰ ਦੀ ਇੱਕ ਜਰਨੀ ਹੈ, ਲੇਕਿਨ ਇੱਥੇ ਆ ਕੇ ਉਹ ਥੋੜ੍ਹੇ ਉਹ ਵੀ ਇਮੋਸ਼ਨਲ ਹੋ ਜਾਂਦੇ। ਅਤੇ ਦੋਨੋਂ ਕੁੜੀਆਂ ਦਾ ਆਪੋਜ਼ਿਟ ਕੈਰੈਕਟਰ ਹੈ, ਲੇਕਿਨ ਦੋਨੋਂ ਕੁੜੀਆਂ ਬਹੁਤ ਪੋਜ਼ਿਟਿਵ ਕਰ ਰਹੀਆਂ ਨੇ ਫਿਲਮ ਵਿੱਚ ਕਿਰਦਾਰ ਆਪਣਾ, ਅਤੇ ਇਹਦੇ ਕੋਲੋਂ ਜ਼ਿਆਦਾ ਤਾਂ ਮੈਂ ਕਹਿ ਨਹੀਂ ਸਕਦਾ, ਬਾਕੀ ਤਾਂ ਫਿਲਮ ਦੇਖੋਗੇ ਤਾਂ ਪਤਾ ਚੱਲੇਗਾ ਜੀ। ਥੈਂਕ ਯੂ ਸੋ ਮਚ ਸੁਜ਼ਾ, ਅਤੇ ਆਈ ਹੋਪ ਜਿਹੜੀ ਇਹ 22 March ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਮੱਝ ਨੂੰ ਸਪੈਸ਼ਲੀ ਸਾਡੀ ਮੀਡੀਆ ਨੂੰ, ਕਿਉਂਕਿ ਮੀਡੀਆ ਨੇ ਯੂ ਨੋ ਦਰਸ਼ਕਾਂ ਤੱਕ ਪਹੁੰਚਾਉਣੀ ਹੈ, ਅਤੇ ਉਸ ਤੋਂ ਬਾਅਦ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਵੇ, ਐਂਡ ਤੁਹਾਡੇ ਕੰਮ ਨੂੰ ਸਾਡੇ ਪੰਜਾਬ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ, ਪਹਿਲੇ ਦੀ ਤਰ੍ਹਾਂ ਵੈਲਕਮ ਕੀਤਾ ਜਾਵੇ, ਔਰ ਅੱਗੇ ਵੀ ਤੁਹਾਨੂੰ ਬਹੁਤ ਕੰਮ ਮਿਲੇ। ਐਂਡ ਪਿਛਲੀ ਵਾਰੀ ਕੁਛ ਅਸੀਂ ਨਾ ਪ੍ਰੈਮੀਅਰ 'ਤੇ ਗਏ ਸੀਗੇ, ਕੁਦਰਤੀ ਟ੍ਰੇਲਰ ਲਾਂਚ ਸੀਗਾ ਉਸ ਦਿਨ ਵੀ, ਅਤੇ ਉਹ ਕੁਦਰਤੀ ਸੀਗਾ ਮਹਾਂਸ਼ਿਵਰਾਤਰੀ ਵਾਲੇ ਦਿਨ, ਐਂਡ ਉਸ ਦਿਨ ਵੀ ਆਰਟਿਸਟ ਬੜੇ ਖੁਸ਼ ਸੀਗੇ ਕਿ ਅੱਜ ਭੋਲੇਨਾਥ ਦੀ ਕਿਰਪਾ ਵਾਲੇ ਦਿਨ ਟ੍ਰੇਲਰ ਲਾਂਚ ਹੋਇਆ। ਸੋ ਸਿਮਿਲਰਲੀ ਮੈਨੂੰ ਲੱਗਦਾ ਕਿ ਅੱਜ ਤੁਹਾਡੇ ਨਾਲ ਵੀ ਬਹੁਤ ਹੀ ਇੱਕ ਪਿਆਰਾ ਜਿਹਾ ਇੰਸੀਡੈਂਟ ਹੋ ਰਿਹਾ ਕਿ ਅੱਜ ਰਮਾਦਾਨ ਸ਼ੁਰੂ ਹੋ ਰਿਹਾ, ਉੱਤੋਂ ਤੁਹਾਡਾ ਟ੍ਰੇਲਰ ਅੱਜ ਟ੍ਰੇਲਰ ਦੀ ਪ੍ਰੈਸ ਕਾਨਫਰੰਸ 'ਤੇ ਆਏ ਹੋਏ, ਐਂਡ ਆਈ ਹੋਪ ਇਹਦੇ ਨਾਲ ਇੱਕ ਪੋਜ਼ਿਟਿਵਿਟੀ ਜੁੜ ਜਾਂਦੀ ਹੈ। ਸੋ ਵਿਸ਼ ਯੂ ਵੈਰੀ ਗੁੱਡ ਲੱਕ ਫੋਰ 22 March ਐਂਡ ਫੋਰ ਮਰਜ ਨੂੰ। ਥੈਂਕ ਯੂ। ਸੋ ਮਾਈ ਮੈਸੇਜ ਇਜ਼ ਟੂ ਦ ਆਡੀਅੰਸ ਕਿ ਐਂਡ ਥੈਂਕ ਯੂ ਪੰਜਾਬ ਪਲੱਸ TV, ਯੂ ਆਰ ਦਾ ਮੀਡੀਅਮ ਬੇਸਿਕਲੀ ਇਨ ਬਿਟਵੀਨ ਆਡੀਅੰਸ ਐਂਡ ਇਨ ਬਿਟਵੀਨ ਅਸ। ਸੋ ਮੈਂ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ 22 March ਨੂੰ ਫਿਲਮ ਆ ਰਹੀ ਹੈ ਮਜਨੂੰ, ਅਤੇ ਨੀਅਰੈਸਟ ਮੈਕਸੀਮਮ ਥੀਏਟਰਾਂ 'ਚ ਅਵੇਲੇਬਲ ਹੈ ਫਿਲਮ, ਤੁਸੀਂ ਜਾਓ ਪੂਰੇ ਪਰਿਵਾਰ ਨਾਲ ਵੇਖੋ, ਅਤੇ ਆਪਣੇ ਸਾਰੇ ਗੁਆਂਢੀਆਂ ਨੂੰ ਵੀ ਕਹੋ ਕਿ ਯਾਰ ਫਿਲਮ ਵੇਖੋ। ਥੈਂਕ ਯੂ ਸੋ ਮੱਚ।